ਅੰਦਰ ਕਨਵੈਨਸ਼ਨ ਚੱਲ ਰਹੀ ਹੈ ਐਸਵਾਈਐਲ ਦੇ ਮੁੱਦੇ ਤੋਂ ਲੈ ਕੇ ਤੇ ਨਾਲ ਦੇ ਨਾਲ ਜਿਹੜਾ 13 ਤਰੀਕ ਨੂੰ ਪ੍ਰੋਗਰਾਮ ਉਡੀਕਿਆ ਗਿਆ। ਸਭ ਤੋਂ ਪਹਿਲਾਂ ਸਰ ਜਿਸ ਤਰੀਕੇ ਨਾਲ ਬੈਠਕ ਚੱਲ ਰਹੀ ਹੈ ਅੰਦਰ, ਸਿੱਟਾ ਕੀ ਨਿਕਲ ਰਿਹਾ, ਬੁੱਧੀਜੀਵੀ ਪਹੁੰਚੇ ਹੋਏ ਨੇ, ਕੌਣ ਕੌਣ ਪਹੁੰਚੇ ਨੇ? ਕੱਲ ਵੀ ਇੱਕ ਮੀਟਿੰਗ ਕੀਤੀ ਸੀਗੀ ਪਰ ਅੱਜ ਜਿਹੜੀ ਆ ਉਹ ਮੇਨ ਐਸਵਾਈਐਲ ਦਾ ਹੀ ਮੁੱਦਾ ਰੱਖਿਆ ਗਿਆ। ਨਹੀਂ, ਇਸ ਵੇਲੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬੁੱਧੀਜੀਵੀ ਨਹੀਂ ਬੁਲਾਏ। ਅੱਜ ਪੰਜਾਬ ਤੇ ਹਰਿਆਣੇ ਦੀਆਂ ਜਥੇਬੰਦੀਆਂ ਔਰ ਸਿਆਣੇ ਲੋਕ ਜਿਹੜੇ ਮਤਲਬ ਹਰ ਜਥੇਬੰਦੀ ਦੇ ਆਗੂ ਬਲਾਕ ਲੈਵਲ ਤੱਕ ਦੇ ਉਹ ਬੁਲਾਏ ਨੇ ਕਿ ਉਹ ਕੀ ਸਮਝਦੇ ਨੇ ਇਹ ਜਿਹੜੀ ਏਕਤਾ ਨੂੰ ਤੋੜਨ ਲਈ ਸਰਕਾਰ ਯਤਨਸ਼ੀਲ ਹੈ, ਕਿਉਂਕਿ ਪੰਜਾਬ ਤੇ ਹਰਿਆਣੇ ਦੀ ਏਕਤਾ ਤੋਂ ਜਿਹੜਾ ਭੈ ਸਰਕਾਰਾਂ ਨੂੰ ਆ ਰਿਹਾ ਉਹਨੂੰ ਉਹਨਾਂ ਨੂੰ ਬੜਾ ਰੜਕਦਾ ਹੈ। ਉਹ ਚਾਹੁੰਦੇ ਨੇ ਇਹਨੂੰ ਕਿਵੇਂ ਤੋੜਿਆ ਜਾ ਸਕਦਾ ਹੈ। ਐਸ ਵਾਈ ਐਲ ਦਾ ਮੁੱਦਾ ਉਠਾਤਾ, ਕਦੇ 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 ਨੂੰਹ ਵਰਗੇ ਕਾਂਡ ਵਾਪਰ ਗਏ, ਕਦੇ ਜਾਟ ਵਰਸੇ ਹਿੰਦੂ ਕਰਤਾ, ਇਹੋ ਜਿਹੇ ਮੁੱਦੇ ਮਤਲਬ ਹੁੰਦੇ ਆ ਰਹੇ ਨੇ। ਉਹ ਜਦੋਂ ਮੁੱਦੇ ਠਾ ਕੇ ਲੋਕਾਂ ਨੂੰ ਨਖੇੜਨ ਦਾ, ਲੋਕਾਂ ਨੂੰ ਤੋੜਨ ਦਾ, ਲੋਕਾਂ ਨੂੰ ਪਾੜਨ ਦਾ ਇੱਕ ਸ਼ੜਯੰਤਰ ਹੈ ਜਿਹਦੇ 'ਚ ਅਸੀਂ ਸਮਝਦੇ ਹਾਂ ਕਿ ਪੰਜਾਬ ਅਤੇ ਹਰਿਆਣੇ ਨੂੰ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਹਰਿਆਣੇ ਨੇ ਹੀ ਜਦੋਂ ਵੀ ਸਰਕਾਰ ਝੁਕਾਈ ਹੈ ਪੰਜਾਬ ਹਰਿਆਣੇ ਨੇ ਝੁਕਾਈ ਹੈ, ਇਹਨਾਂ ਦੀ ਏਕਤਾ ਨੇ ਝੁਕਾਈ ਹੈ ਔਰ ਉਹ ਰੜਕਦੀ ਹੈ, ਸਾਰੀਆਂ ਪੋਲੀਟੀਕਲ ਧਿਰਾਂ ਨੂੰ ਰੜਕਦੀ ਹੈ। ਉਹਦੇ 'ਤੇ ਅਸੀਂ ਏਕਤਾ ਕਿਵੇਂ ਬਣਾ ਕੇ ਰੱਖਣੀ ਹੈ, ਏਕਤਾ ਇਹਦੇ 'ਤੇ ਸਾਡੀ ਚਰਚਾ ਹੋਣੀ ਹੈ ਹਰੇਕ ਬਲਾਕ ਲੈਵਲ ਦਾ, ਜਿਵੇਂ ਸਾਡਾ ਬਲਾਕ ਲੈਵਲ ਦਾ ਮੁੰਡਾ ਬੋਲ ਰਿਹਾ ਅੰਦਰ। ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਹੈ ਕਿ ਜਿਵੇਂ ਹੁਣ ਅਸੀਂ 3 ਵੱਡੀਆਂ ਪੰਚਾਇਤਾਂ ਹੋ ਗਈਆਂ, ਕੀ ਇਹ ਥੱਲੋਂ ਲੋਕਾਂ ਦਾ ਰਿਐਕਸ਼ਨ ਕੀ ਆ, ਲੋਕਾਂ ਦੀ ਕਿਹੋ ਜਿਹੀ ਤਿਆਰੀ ਹੈ, ਲੋਕ ਕੀ ਚਾਹੁੰਦੇ ਨੇ, ਕਿਹੜੇ ਤਬਦੀਲੀਆਂ, ਕਿਹੜੇ ਬਦਲਾਵਾਂ ਦੀ ਲੋੜ ਲੱਗ ਰਹੀ ਹੈ, ਜਿਹੜੀ ਚੀਜ਼ ਦੀ ਲੋਕਾਂ ਨੂੰ ਲੋੜ ਲੱਗ ਰਹੀ ਹੈ ਉਹਨੂੰ ਵਿਰੁੱਧ ਵਿੱਚ ਅਸੀਂ ਕੱਢ ਕੇ ਲਿਜਾ ਕੇ ਉਹਦੇ 'ਤੇ ਅਸੀਂ ਮਤਲਬ ਅੰਦੋਲਨ ਦੀ ਤਿਆਰੀ ਜਿਹੜੀ 13 ਵਾਲੇ ਦੀ ਕਰਨ ਦਾ ਪ੍ਰੋਗਰਾਮ ਹੈ। ਅੱਜ ਸਿਰਫ ਇੱਥੇ ਇਸ ਕੰਮ ਦੇ ਉੱਤੇ ਗੱਲਬਾਤ ਸਾਡੀ ਚਰਚਾ ਕੰਕਲੂਜਨ ਹੈ, ਜਿਹੜਾ ਨਿਚੋੜ ਹੈ ਉਹ ਨਿਚੋੜ ਵੀ ਕੱਢ ਕੇ ਅੱਗੇ ਸਰਕਾਰ ਦੇ ਅੱਗੇ ਰੱਖੋਗੇ ਕਿ ਇਹ ਨਿਚੋੜ ਹੈ? ਨਿਚੋੜ ਇਹਦਾ ਕੱਢਾਂਗੇ, ਨਿਚੋੜ ਕੱਢ ਕੇ ਪਹਿਲੀ ਤਾਂ ਗੱਲ ਆ ਕਿ ਅਸੀਂ 3 ਵਜੇ ਜੋ ਰਿਜ਼ਲਟ ਆਉਂਦੇ ਨੇ, ਜੋ ਸਾਡੀ ਸਮਝ ਬਣਦੀ ਹੈ, ਉਹ ਅਸੀਂ 3 ਵਜੇ ਪ੍ਰੈਸ ਦੇ ਸਾਹਮਣੇ ਰੱਖਾਂਗੇ, ਪ੍ਰੈਸ ਦੇ ਮਾਧਿਅਮ ਤੋਂ ਸਰਕਾਰ ਦੇ ਸਾਹਮਣੇ ਜਾਏਗਾ ਹੀ ਜਾਏਗਾ। ਔਰ ਮੈਂ ਤੁਹਾਨੂੰ ਇੱਕ ਧਿਆਨ 'ਚ ਲਿਆ ਦਿਆਂ ਗੱਲ ਕਿ ਦੇਖੋ, ਹੈਰਾਨ ਹੋਇਆ 20 ਨੂੰ ਆਪਣਾ ਨਵੰਬਰ ਨੂੰ ਸਾਡੀ ਸਰਕਾਰ ਨਾਲ ਇੱਕ ਮੀਟਿੰਗ ਹੁੰਦੀ ਹੈ ਔਰ ਅਸੀਂ ਸਰਕਾਰ ਨੂੰ ਉਹਦੇ ਗੱਲ ਰੱਖੀ ਕਿ ਐਸ ਵਾਈ ਐਲ ਮੁੱਦੇ ਨੂੰ ਤੁਸੀਂ ਇੰਨਾ ਤੂਲ ਦੇ ਰਹੇ ਹੋ, ਇਹ ਪੋਲੀਟੀਕਲ ਮੁੱਦਾ ਇੱਕ, ਇਹ ਕੋਈ ਇਸ਼ੂ ਨਹੀਂ ਹੈ। ਅਗਰ ਤੁਸੀਂ ਪੰਜਾਬ ਬਚਾਉਣਾ, ਇਹਨਾਂ ਨੇ ਹਰਿਆਣਾ ਬਚਾਉਣਾ ਹੈ, ਸਾਰਿਆਂ ਲਈ ਕੇਂਦਰ ਹੈ ਜਿਹੜੀ ਸਾਰਿਆਂ ਦੀ ਮਾਂ ਹੈ, ਸਾਰਿਆਂ ਦਾ ਮੁਖੀ ਹੈ, ਉਹਨੂੰ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ ਤੇ ਉੱਥੇ ਕਿਉਂ ਨਹੀਂ ਤੁਸੀਂ ਇਹ ਗੱਲ ਰੱਖਦੇ ਕਿ ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕੰਮ ਕਰੋ? ਅਗਰ ਅਸੀਂ ਗੱਲ ਉਹ ਰੱਖੀ ਤਾਂ ਹੁਣ ਸ਼ਾਰਦਾ ਜਮਨਾ ਲਿੰਕ ਚੈਨਲ ਦੀ ਗੱਲ ਆ ਜਿਹੜੀ ਉਹ ਸਾਡਾ ਮੁੱਖ ਮੰਤਰੀ ਕਰਨ 'ਚ ਉੱਥੇ ਉਹਦੇ ਮੂੰਹ ਕਢਾਉਣ 'ਚ ਅਸੀਂ ਸਫਲ ਹੋਏ ਹਾਂ। ਸੋ ਇਸੇ ਤਰੀਕੇ ਦੇ ਨਾਲ ਮੇਰਾ ਭਾਵ ਇਹ ਹੈ ਕਿ ਇਹਨਾਂ ਕਨਵੈਨਸ਼ਨਾਂ, ਇਹਨਾਂ ਮੀਟਿੰਗਾਂ ਦੇ ਵਿੱਚੋਂ ਜੋ ਰਿਜ਼ਲਟ ਨਿਕਲੇਗਾ ਅਸੀਂ ਆਪਦੇ ਮੰਗ ਪੱਤਰਾਂ ਦੇ ਥਰੂ, ਤੁਹਾਡੇ ਥਰੂ ਸਰਕਾਰ ਤੱਕ ਲਿਜਾਵਾਂਗੇ। ਅੰਦਰ ਕਨਵੈਨਸ਼ਨ ਚੱਲ ਰਹੀ ਹੈ ਐਸਵਾਈਐਲ ਦੇ ਮੁੱਦੇ ਤੋਂ ਲੈ ਕੇ ਤੇ ਨਾਲ ਦੇ ਨਾਲ ਜਿਹੜਾ 13 ਤਰੀਕ ਨੂੰ ਪ੍ਰੋਗਰਾਮ ਉਡੀਕਿਆ ਗਿਆ। ਸਭ ਤੋਂ ਪਹਿਲਾਂ ਸਰ ਜਿਸ ਤਰੀਕੇ ਨਾਲ ਬੈਠਕ ਚੱਲ ਰਹੀ ਹੈ ਅੰਦਰ, ਸਿੱਟਾ ਕੀ ਨਿਕਲ ਰਿਹਾ, ਬੁੱਧੀਜੀਵੀ ਪਹੁੰਚੇ ਹੋਏ ਨੇ, ਕੌਣ ਕੌਣ ਪਹੁੰਚੇ ਨੇ? ਕੱਲ ਵੀ ਇੱਕ ਮੀਟਿੰਗ ਕੀਤੀ ਸੀਗੀ ਪਰ ਅੱਜ ਜਿਹੜੀ ਆ ਉਹ ਮੇਨ ਐਸਵਾਈਐਲ ਦਾ ਹੀ ਮੁੱਦਾ ਰੱਖਿਆ ਗਿਆ। ਨਹੀਂ, ਇਸ ਵੇਲੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬੁੱਧੀਜੀਵੀ ਨਹੀਂ ਬੁਲਾਏ। ਅੱਜ ਪੰਜਾਬ ਤੇ ਹਰਿਆਣੇ ਦੀਆਂ ਜਥੇਬੰਦੀਆਂ ਔਰ ਸਿਆਣੇ ਲੋਕ ਜਿਹੜੇ ਮਤਲਬ ਹਰ ਜਥੇਬੰਦੀ ਦੇ ਆਗੂ ਬਲਾਕ ਲੈਵਲ ਤੱਕ ਦੇ ਉਹ ਬੁਲਾਏ ਨੇ ਕਿ ਉਹ ਕੀ ਸਮਝਦੇ ਨੇ ਇਹ ਜਿਹੜੀ ਏਕਤਾ ਨੂੰ ਤੋੜਨ ਲਈ ਸਰਕਾਰ ਯਤਨਸ਼ੀਲ ਹੈ, ਕਿਉਂਕਿ ਪੰਜਾਬ ਤੇ ਹਰਿਆਣੇ ਦੀ ਏਕਤਾ ਤੋਂ ਜਿਹੜਾ ਭੈ ਸਰਕਾਰਾਂ ਨੂੰ ਆ ਰਿਹਾ ਉਹਨੂੰ ਉਹਨਾਂ ਨੂੰ ਬੜਾ ਰੜਕਦਾ ਹੈ। ਉਹ ਚਾਹੁੰਦੇ ਨੇ ਇਹਨੂੰ ਕਿਵੇਂ ਤੋੜਿਆ ਜਾ ਸਕਦਾ ਹੈ। ਐਸ ਵਾਈ ਐਲ ਦਾ ਮੁੱਦਾ ਉਠਾਤਾ, ਕਦੇ 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 ਨੂੰਹ ਵਰਗੇ ਕਾਂਡ ਵਾਪਰ ਗਏ, ਕਦੇ ਜਾਟ ਵਰਸੇ ਹਿੰਦੂ ਕਰਤਾ, ਇਹੋ ਜਿਹੇ ਮੁੱਦੇ ਮਤਲਬ ਹੁੰਦੇ ਆ ਰਹੇ ਨੇ। ਉਹ ਜਦੋਂ ਮੁੱਦੇ ਠਾ ਕੇ ਲੋਕਾਂ ਨੂੰ ਨਖੇੜਨ ਦਾ, ਲੋਕਾਂ ਨੂੰ ਤੋੜਨ ਦਾ, ਲੋਕਾਂ ਨੂੰ ਪਾੜਨ ਦਾ ਇੱਕ ਸ਼ੜਯੰਤਰ ਹੈ ਜਿਹਦੇ 'ਚ ਅਸੀਂ ਸਮਝਦੇ ਹਾਂ ਕਿ ਪੰਜਾਬ ਅਤੇ ਹਰਿਆਣੇ ਨੂੰ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਹਰਿਆਣੇ ਨੇ ਹੀ ਜਦੋਂ ਵੀ ਸਰਕਾਰ ਝੁਕਾਈ ਹੈ ਪੰਜਾਬ ਹਰਿਆਣੇ ਨੇ ਝੁਕਾਈ ਹੈ, ਇਹਨਾਂ ਦੀ ਏਕਤਾ ਨੇ ਝੁਕਾਈ ਹੈ
ਔਰ ਉਹ ਰੜਕਦੀ ਹੈ, ਸਾਰੀਆਂ ਪੋਲੀਟੀਕਲ ਧਿਰਾਂ ਨੂੰ ਰੜਕਦੀ ਹੈ। ਉਹਦੇ ਤੇ ਅਸੀਂ ਏਕਤਾ ਕਿਵੇਂ ਬਣਾ ਕੇ ਰੱਖਣੀ ਹੈ, ਇਕਤਾ ਇਹਦੇ ਤੇ ਸਾਡੀ ਚਰਚਾ ਹੋਣੀ ਹੈ ਹਰੇਕ ਬਲਾਕ ਲੈਵਲ ਦਾ, ਜਿਵੇਂ ਸਾਡਾ ਬਲਾਕ ਲੈਵਲ ਦਾ ਮੁੰਡਾ ਬੋਲ ਰਿਹਾ ਅੰਦਰ। ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਆ ਕਿ ਜਿਵੇਂ ਹੁਣ ਅਸੀਂ 3 ਵੱਡੀਆਂ ਪੰਚਾਇਤਾਂ ਹੋ ਗਈਆਂ, ਕੀ ਇਹ ਥੱਲੋਂ ਲੋਕਾਂ ਦਾ ਰਿਐਕਸ਼ਨ ਕੀ ਆ, ਲੋਕਾਂ ਦੀ ਕਿਹੋ ਜਿਹੀ ਤਿਆਰੀ ਹੈ, ਲੋਕ ਕੀ ਚਾਹੁੰਦੇ ਨੇ, ਕਿਹੜੇ ਤਬਦੀਲੀਆਂ ਕਿਹੜੇ ਬਦਲਾਵਾਂ ਦੀ ਲੋੜ ਲੱਗ ਰਹੀ ਹੈ, ਜਿਹੜੀ ਚੀਜ਼ ਦੀ ਲੋਕਾਂ ਨੂੰ ਲੋੜ ਲੱਗ ਰਹੀ ਹੈ ਉਹਨੂੰ ਫਿਰ ਇਹਦੇ ਵਿੱਚ ਅਸੀਂ ਕੱਢ ਕੇ ਲਿਜਾ ਕੇ ਉਹਦੇ ਤੇ ਅਸੀਂ ਮਤਲਬ ਅੰਦੋਲਨ ਦੀ ਤਿਆਰੀ ਜਿਹੜੀ 13 ਵਾਲੇ ਦੀ ਕਰਨ ਦਾ ਪ੍ਰੋਗਰਾਮ ਹੈ। ਅੱਜ ਸਿਰਫ ਇਸ ਕੰਮ ਦੇ ਉੱਤੇ ਗੱਲਬਾਤ ਸਾਡੀ ਚਰਚਾ ਕੰਕਲੂਜਨ ਹੈ, ਜਿਹੜਾ ਨਿਚੋੜ ਹੈ ਉਹ ਨਿਚੋੜ ਵੀ ਕੱਢ ਕੇ ਅੱਗੇ ਸਰਕਾਰ ਦੇ ਅੱਗੇ ਰੱਖੋਗੇ, ਇਹ ਨਿਚੋੜ ਹੈ, ਨਿਚੋੜ ਇਹਦਾ ਕੱਢਾਂਗੇ। ਨਿਚੋੜ ਕੱਢ ਕੇ ਪਹਿਲੀ ਤਾਂ ਗੱਲ ਆ ਕਿ ਅਸੀਂ 3 ਵਜੇ ਜੋ ਰਿਜ਼ਲਟ ਆਉਂਦੇ ਨੇ, ਜੋ ਸਾਡੀ ਸਮਝ ਬਣਦੀ ਹੈ, ਉਹ ਅਸੀਂ 3 ਵਜੇ ਪ੍ਰੈਸ ਦੇ ਸਾਹਮਣੇ ਰੱਖਾਂਗੇ, ਪ੍ਰੈਸ ਦੇ ਮਾਧਿਅਮ ਤੋਂ ਸਰਕਾਰ ਦੇ ਸਾਹਮਣੇ ਜਾਏਗਾ ਹੀ ਜਾਏਗਾ। ਔਰ ਮੈਂ ਤੁਹਾਨੂੰ ਇੱਕ ਧਿਆਨ 'ਚ ਲਿਆ ਦਿਆਂ ਗੱਲ ਕਿ ਦੇਖੋ ਹੈਰਾਨ ਹੋਇਆ 20 ਆਪਣਾ ਨਵੰਬਰ ਨੂੰ ਸਾਡੀ ਸਰਕਾਰ ਨਾਲ ਇੱਕ ਮੀਟਿੰਗ ਹੁੰਦੀ ਹੈ ਔਰ ਅਸੀਂ ਸਰਕਾਰ ਨੂੰ ਉਹਦੇ ਗੱਲ ਰੱਖੀ ਕਿ SYL ਮੁੱਦੇ ਨੂੰ ਤੁਸੀਂ ਇੰਨਾ ਤੂਲ ਦੇ ਰਹੇ ਹੋ, ਇਹ ਪੋਲੀਟੀਕਲ ਮੁੱਦਾ ਇੱਕ, ਇਹ ਕੋਈ ਇਸ਼ੂ ਨਹੀਂ ਹੈ। ਅਗਰ ਤੁਸੀਂ ਪੰਜਾਬ ਬਚਾਉਣਾ, ਇਹਨਾਂ ਨੇ ਹਰਿਆਣਾ ਬਚਾਉਣਾ ਹੈ, ਸਾਰਿਆਂ ਲਈ ਕੇਂਦਰ ਹੈ ਜਿਹੜੀ ਸਾਰਿਆਂ ਦੀ ਮਾਂ ਹੈ, ਸਾਰਿਆਂ ਦਾ ਮੁਖੀ ਹੈ, ਉਹਨੂੰ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ। ਤੇ ਉੱਥੇ ਕਿਉਂ ਨਹੀਂ ਤੁਸੀਂ ਇਹ ਗੱਲ ਰੱਖਦੇ ਕਿ ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕੰਮ ਕਰੋ? ਅਗਰ ਅਸੀਂ ਗੱਲ ਉਹ ਰੱਖੀ ਤਾਂ ਹੁਣ ਸ਼ਾਰਦਾ ਜਮਨਾ ਲਿੰਕ ਚੈਨਲ ਦੀ ਗੱਲ ਆ ਜਿਹੜੀ, ਉਹ ਸਾਡਾ ਮੁੱਖ ਮੰਤਰੀ ਕਰਨ ਚੌਥੇ ਉਹਦੇ ਮੂੰਹ ਕਢਾਉਣ 'ਚ ਅਸੀਂ ਸਫਲ ਹੋਏ ਹਾਂ। ਸੋ ਇਸੇ ਤਰੀਕੇ ਦੇ ਨਾਲ ਮੇਰਾ ਭਾਵ ਇਹ ਹੈ ਕਿ ਇਹਨਾਂ ਕਨਵੈਨਸ਼ਨਾਂ, ਇਹਨਾਂ ਮੀਟਿੰਗਾਂ ਦੇ ਵਿੱਚੋਂ ਜੋ ਰਿਜ਼ਲਟ ਨਿਕਲੇਗਾ ਅਸੀਂ ਆਪਦੇ ਮੰਗ ਪੱਤਰਾਂ ਦੇ ਥਰੂ, ਤੁਹਾਡੇ ਥਰੂ ਸਰਕਾਰ ਤੱਕ ਲਿਜਾਵਾਂਗੇ।